ਤਿਉਹਾਰਾਂ ਦੇ ਚੱਲਦੇ ਅੰਮ੍ਰਿਤਸਰ ਪੁਲਿਸ ਚੰਗੀ ਤਰ੍ਹਾਂ ਮੁਸਤੈਦ ਹੈ। ਇਸ ਦੇ ਤਹਿਤ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਅੰਮ੍ਰਿਤਸਰ 'ਚ ਅਲੱਗ ਅਲੱਗ ਇਲਾਕਿਆਂ 'ਚ ਚਲਾਇਆ ਗਿਆ, ਜਿਸ ਵਿੱਚ ਅੰਮ੍ਰਿਤਸਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ। ਚੈਕਿੰਗ ਅਭਿਆਨ ਦੌਰਾਨ ਬੱਸਾਂ, ਬਾਈਕਾਂ, ਪਾਰਕਿੰਗ 'ਚ ਖੜ੍ਹੇ ਮੋਟਰ ਵਹੀਕਲਾਂ ਅਤੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਨੇ 5 ਟੀਮਾਂ ਬਣਾ ਕੇ ਸ਼ਹਿਰ ਦੀ ਵੱਖ ਵੱਖ ਥਾਵਾਂ 'ਤੇ ਚੈਕਿੰਗ ਕੀਤੀ ਅਤੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਉਹਨਾਂ ਦੇ ਮਨਸੂਬਿਆਂ 'ਚ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਹ ਜਿਹੜਾ ਸਰਚ ਅਭਿਆਨ ਆ, ਅਸੀਂ ਜਿਹੜਾ ਫੈਸਟੀਵਲ ਸੀਜ਼ਨ ਚੱਲ ਰਿਹਾ ਉਹਦੇ ਰਿਗਾਰਡਿੰਗ ਅਸੀਂ ਜਿਹੜੇ ਵੀ ਰਿਲੀਜੀਅਸ ਪਲੇਸਿਸ ਜਾਂ ਜਿਹੜੀਆਂ ਇੰਪੋਰਟੈਂਟ ਪਲੇਸਿਸ ਆ ਉਸੇ ਕੜੀ ਦੇ ਵਿੱਚ ਮਾਣਯੋਗ ਸੀਪੀ ਸਾਹਿਬ ਔਰ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਸਰਚ ਆਪਰੇਸ਼ਨ ਚਲਾ ਰਹੇ ਹਾਂ ਵੱਖਰੇ ਵੱਖਰੇ ਏਰੀਆਜ਼ ਦੇ ਵਿੱਚ। ਉਹਦੀ ਕੜੀ ਦੇ ਵਿੱਚ ਅੱਜ ਅਸੀਂ ਬੱਸ ਸਟੈਂਡ ਅੰਮ੍ਰਿਤਸਰ ਦੀ ਚੈਕਿੰਗ ਕਰ ਰਹੇ ਹਾਂ। ਉਹ ਚੈਕਿੰਗ ਇਸੇ ਕਰਕੇ ਪ੍ਰੀਕੋਸ਼ਨਰੀ ਚੈਕਿੰਗ ਆ ਤਾਂ ਕਿ ਜਿਹੜਾ ਕੋਈ ਮਾੜੇ ਅਨਸਰ ਆ ਉਹਨਾਂ ਨੂੰ ਠੱਲ ਪਾਉਣ ਵਾਸਤੇ ਅਤੇ ਉਹਨਾਂ ਨੂੰ ਸਾਈਕੋਲੋਜੀਕਲੀ ਪਤਾ ਚੱਲੇ ਕਿ ਇੱਥੇ ਚੈਕਿੰਗ ਫੈਸਟੀਵਲ ਸੀਜ਼ਨ ਦੇ ਵਿੱਚ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ। ਜਿਹੜਾ ਹੈਗਾ ਅਸੀਂ ਕਾਨੂੰਨੀ ਤੌਰ ਦੇ ਉੱਤੇ ਜਿੰਨਾ ਕੁ ਅਸੀਂ ਚੈੱਕ ਕਰ ਸਕਦੇ ਹਾਂ ਉਹ ਅਸੀਂ ਕਰਾਂਗੇ। ਬੇਸਮੈਂਟ ਵੀ ਚੈੱਕ ਕਰਾਂਗੇ, ਪਾਰਕਿੰਗ ਦੇ ਵਿੱਚ ਵਹੀਕਲ ਕਿਹੜੇ ਲੱਗੇ ਨੇ, ਕੋਈ ਅਬੈਂਡਨਡ ਵਹੀਕਲ ਤਾਂ ਨਹੀਂ ਹੈਗਾ, ਉਹ ਸਭ ਚੈੱਕ ਕਰਾਂਗੇ। ਕੁਝ ਜ਼ਿਆਦਾ ਵਹੀਕਲ ਲੱਗੇ ਨੇ ਬੇਸਮੈਂਟ ਦੇ ਵਿੱਚ ਜਿਹੜੇ ਪਰਸਨ ਲੱਗੇ ਹੋਏ ਨੇ ਉਹਨਾਂ ਦਾ ਨਹੀਂ, ਉਹ ਅਸੀਂ ਚੈੱਕ ਕਰ ਲਿਆ ਸੀਗਾ ਜੀ। ਉਹਦੇ ਵਿੱਚ ਹੁਣ ਮੇਰੇ ਖਿਆਲ 'ਚ ਕੋਈ ਰੇਅਰ ਹੀ ਆ ਕੋਈ, ਪਹਿਲਾਂ ਅਸੀਂ ਆਲਰੇਡੀ 3-4 ਵਾਰ ਸਰਚ ਕਰ ਚੁੱਕੇ ਹਾਂ ਇੱਥੇ, ਉਹ ਅਸੀਂ ਆਲਰੇਡੀ ਟੇਕਨ ਅਪ ਹੈਗਾ। ਉਹ ਜਿਹੜੇ ਕੰਸਰਨਡ ਜਿਹੜਾ ਉਹਨੂੰ ਪਾਰਕਿੰਗ ਨੂੰ ਮੈਨੇਜ ਕਰਦੇ ਹਾਂ, ਉਹਨਾਂ ਨਾਲ ਅਸੀਂ ਉਹਨਾਂ ਨੂੰ ਕਲੀਅਰ ਹਦਾਇਤਾਂ ਦਿੱਤੀਆਂ ਹੋਈਆਂ ਨੇ ਇਹਦੇ ਬਾਰੇ। ਨਿਰਪੱਖ ਪੋਸਟ ਲਈ ਅੰਮ੍ਰਿਤਸਰ ਤੋਂ ਭਰਤ ਸ਼ਰਮਾ ਦੀ ਰਿਪੋਰਟ।